ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਵੀਰੋ, ਆਪਣੇ ਵੀਰ ਲਖਵਿੰਦਰ ਸਿੰਘ ਗੰਭੀਰ ਦੀ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇਸ਼ ਦੇ ਵਿੱਚ ਲਿਆ ਜਾਣ ਵਾਲਾ ਸਤਿਕਾਰ ਨਾਲ ਇੱਕ ਨਾਮ ਗਾਂਧੀ, ਜਿਹਨੂੰ ਲੋਕ ਮਹਾਤਮਾ ਗਾਂਧੀ ਕਹਿ ਕੇ ਬੁਲਾਉਂਦੇ ਨੇ। ਉਸ ਮਹਾਤਮਾ ਗਾਂਧੀ ਦੇ ਬਾਰੇ ਜਦੋਂ ਕੋਈ ਆਵਾਜ਼ ਬੁਲੰਦ ਕਰਦਾ ਹੈ ਤਾਂ ਉਹਦੇ ਖਿਲਾਫ ਹਜ਼ਾਰਾਂ ਉਹਦੇ ਮੰਨਣਹਾਰੇ ਉਹਦੇ ਖਿਲਾਫ ਖੜੇ ਹੋ ਜਾਂਦੇ ਨੇ, ਮੁਜ਼ਾਹਰੇ ਕਰਦੇ ਨੇ। ਯਾਦ ਰੱਖਿਓ, ਸਿੱਖ ਧਰਮ ਨੂੰ ਬਹੁਤ ਵੱਡਾ ਨੁਕਸਾਨ ਕਰਨ ਵਾਲਾ ਇਹ ਸ਼ਖਸ ਗਾਂਧੀ, ਜਿਹਨੂੰ ਅੱਜ ਸਾਰੀ ਦੁਨੀਆ ਜਾਣਦੀ ਹੈ ਕਿ ਇਹ ਭਗਤ ਸਿੰਘ ਦਾ ਕਾਤਲ ਸੀ, ਇਹ ਚਾਹੁੰਦਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਕਦੇ ਫਾਂਸੀ ਨਹੀਂ ਸੀ ਹੋਣੀ। ਔਰ ਇਹ ਮੰਨਿਆ ਜਾਂਦਾ ਕਿ ਜਿੰਨੀ ਕਾਹਲੀ ਇਹਨੂੰ ਭਗਤ ਸਿੰਘ ਦੀ ਫਾਂਸੀ ਦੀ ਸੀ, ਸ਼ਾਇਦ ਗੋਰਿਆਂ ਨੂੰ ਕਾਹਲੀ ਨਹੀਂ ਸੀ, ਕਿਉਂਕਿ ਗੋਰੇ ਚਾਹੁੰਦੇ ਸੀ ਕਿ ਜੇ ਗਾਂਧੀ ਕਹਿ ਦਿੰਦਾ ਤੇ ਅਸੀਂ ਭਗਤ ਸਿੰਘ ਨੂੰ ਕਦੇ ਫਾਂਸੀ ਨਾ ਦਿੰਦੇ, ਉਹਦੀ ਸਜ਼ਾ ਵਧਾ ਦਿੰਦੇ ਪਰ ਫਾਂਸੀ ਨਾ ਦਿੰਦੇ। ਦੂਜੇ ਪਾਸੇ ਅਸੀਂ ਗੱਲ ਕਰੀਏ ਸਿੱਖ ਗੁਰੂ ਸਾਹਿਬਾਨਾਂ ਦੀ, ਤੇ ਇਹ ਸਿੱਖ ਗੁਰੂ ਸਾਹਿਬਾਨਾਂ ਦਾ ਅੰਦਰ ਖਾਤੇ ਵਿਰੋਧੀ ਰਿਹਾ, ਕਿਉਂਕਿ ਇਸ ਸ਼ਖਸ ਨੇ ਬੜੋਦੇ ਦੇ ਇੱਕ ਸਮਾਗਮ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਭੁੱਲੜ ਦੇਸ਼ ਭਗਤ ਸਨ। ਭਾਵੇਂ ਕਿ ਫਰਜ਼ੀ ਤੌਰ ਤੇ ਬਾਅਦ ਵਿੱਚ ਇਸ ਸ਼ਖਸ ਨੇ ਮਾਫ਼ੀ ਮੰਗ ਲਈ ਸੀ, ਪਰ ਇਹ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਦਾ ਹਮੇਸ਼ਾ ਵਿਰੋਧ ਕਰਦਾ ਰਿਹਾ। ਗਾਂਧੀ ਰਾਜਨੀਤਿਕ ਪੱਖ ਤੋਂ ਬੜਾ ਸਿਆਣਾ ਬੰਦਾ ਸੀ, ਇਹਨੇ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਫਾਇਦਾ ਉਠਾਇਆ, ਅੰਦਰ ਖਾਤੇ ਅੰਗਰੇਜ਼ਾਂ ਦੇ ਨਾਲ ਪਿਆਰ ਬਣਾ ਕੇ ਰੱਖਿਆ, ਅੰਗਰੇਜ਼ਾਂ ਦਾ ਮਾਣ ਸਨਮਾਨ ਪ੍ਰਾਪਤ ਕਰਦਾ ਰਿਹਾ ਤੇ ਦੂਜੇ ਪਾਸੇ ਢੌਂਗ ਇਹ ਰਚਦਾ ਰਿਹਾ ਕਿ ਮੈਂ ਆਜ਼ਾਦੀ ਵਾਸਤੇ ਲੜ ਰਿਹਾ ਹਾਂ। ਯਾਦ ਰੱਖਿਓ, ਮੇਰੇ ਮਨ ਵਿੱਚ ਇੱਕ ਆਵਾਜ਼ ਬੁਲੰਦ ਹੁੰਦੀ ਹੈ, ਖਟਕਦੀ ਹੈ ਕਿ ਡਾਕਟਰ ਅੰਬੇਦਕਰ ਜੀ ਨੇ ਸਿੱਖ ਧਰਮ ਨੂੰ ਧਾਰਨ ਕਿਉਂ ਨਹੀਂ ਸੀ ਕੀਤਾ। ਅੱਜ ਮੈਂ ਜਦੋਂ ਇੱਕ ਕਿਤਾਬ ਪੜ੍ਹ ਰਿਹਾ ਸੀ ਤੇ ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਕਿ ਡਾਕਟਰ ਅੰਬੇਦਕਰ ਆਪਣੇ ਕਰੋੜਾਂ ਹੋਰ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਸਨ, ਉਹਨਾਂ ਦਾ ਸਹਿਯੋਗ ਕਰਨ ਵਾਲੇ ਸਨ, ਉਹਨਾਂ ਕਰੋੜਾਂ ਅਛੂਤਾਂ ਦੇ ਨਾਲ ਸਿੱਖ ਧਰਮ ਧਾਰਨ ਕਰ ਲੈਂਦੇ ਜੇਕਰ ਗਾਂਧੀ ਵਿੱਚ ਅੜਿੱਕਾ ਨਾ ਅੜਾਉਂਦਾ। ਕਿਉਂਕਿ ਡਾਕਟਰ ਅੰਬੇਦਕਰ ਨੇ ਇਹ ਕਹਿ ਦਿੱਤਾ ਸੀ ਕਿ ਗਾਂਧੀ ਦੇ ਵਿੱਚ ਅਜਿਹੀ ਤਾਕਤ ਨਹੀਂ, ਅਜਿਹਾ ਸਾਹਸ ਨਹੀਂ ਕਿ ਉਹ ਇਹਨਾਂ ਕੁਚਲੀਆਂ ਸ਼੍ਰੇਣੀਆਂ ਦੀ ਖਾਤਰ ਆਪਣੀ ਹਿੰਦੂ ਜਾਤ ਦਾ ਮੁਕਾਬਲਾ ਕਰੇ, ਕਿਉਂਕਿ ਗਾਂਧੀ ਵਰਨ ਆਸ਼ਰਮ ਦੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਗਾਂਧੀ ਇਹ ਚੀਜ਼ ਮੰਨਦਾ ਹੈ ਕਿ ਬ੍ਰਾਹਮਣ ਪੇਸ਼ੇ ਤੋਂ ਬ੍ਰਾਹਮਣ ਹੈ ਤੇ ਕੋਈ ਇਨਸਾਨ ਜਿਸ ਜਾਤ ਵਿੱਚ ਜਨਮ ਲੈਂਦਾ ਹੈ ਉਸੇ ਹੀ ਜਾਤ ਦੀ ਉਹਨੂੰ ਪਾਲਣਾ ਕਰਨੀ ਪੈਂਦੀ ਹੈ। ਔਰ ਗਾਂਧੀ ਹਮੇਸ਼ਾ ਆਪਣੀ ਪੂਰੀ ਜ਼ਿੰਦਗੀ ਇਹ ਗੱਲ ਕਹਿੰਦਾ ਰਿਹਾ ਕਿ ਮੈਂ ਵਰਨ ਆਸ਼ਰਮ ਦੇ ਵਿੱਚ ਵਿਸ਼ਵਾਸ ਰੱਖਦਾ ਹਾਂ। ਔਰ ਗੀਤਾ ਨੂੰ ਮਾਂ ਕਹਿਣ ਵਾਲਾ ਗਾਂਧੀ ਹਮੇਸ਼ਾ ਜਾਤ ਪਾਤ ਦੇ ਨਾਮ ਦੇ ਉੱਤੇ ਵਿਤਕਰਾ ਕਰਦਾ ਰਿਹਾ। ਡਾਕਟਰ ਅੰਬੇਦਕਰ ਜੀ ਨੇ ਜਿਸ ਟਾਈਮ ਇਹ ਫੈਸਲਾ ਕੀਤਾ ਕਿ ਸਾਨੂੰ ਅਛੂਤਾਂ ਨੂੰ ਹਿੰਦੂ ਧਰਮ ਦਾ ਤਿਆਗ ਕਰਕੇ ਇੱਕ ਹੋਰ ਦੂਜੇ ਧਰਮ ਨੂੰ ਧਾਰਨ ਕਰ ਲੈਣਾ ਚਾਹੀਦਾ ਹੈ, ਤਾਂ ਉਹਨਾਂ ਦੇ ਸਾਹਮਣੇ ਸਵਾਲ ਪੈਦਾ ਹੋਇਆ ਕਿ ਕਿਹੜਾ ਧਰਮ ਧਾਰਨ ਕੀਤਾ ਜਾਵੇ, ਤਾਂ ਸੋਚ ਪੈਦਾ ਹੋਈ ਕਿ ਅਸੀਂ ਸਿੱਖ ਬਣ ਜਾਂਦੇ ਹਾਂ। ਜਦੋਂ ਸਿੱਖ ਬਣ ਜਾਣ ਦਾ ਫੈਸਲਾ ਇਹਨਾਂ ਨੇ ਕੀਤਾ ਤੇ ਇਸ ਗੱਲ ਦਾ ਪਤਾ ਮਹਾਤਮਾ ਗਾਂਧੀ ਨੂੰ ਲੱਗਾ ਤਾਂ ਗਾਂਧੀ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਕਿਉਂਕਿ ਗਾਂਧੀ ਕਦੇ ਵੀ ਨਹੀਂ ਸੀ ਚਾਹੁੰਦਾ ਕਿ ਜਿਹੜੇ ਅਛੂਤ ਨੇ ਉਹ ਕਦੇ ਵੀ ਸਿੱਖ ਬਣਨ, ਕਿਉਂਕਿ ਗਾਂਧੀ ਕਹਿੰਦਾ ਸੀ ਕਿ ਜੇਕਰ ਇਹਨਾਂ ਨੇ ਸਿੱਖ ਧਰਮ ਧਾਰਨ ਕਰਨਾ ਹੈ ਤਾਂ ਮੁਸਲਮਾਨ ਬਣ ਜਾਣ ਪਰ ਸਿੱਖ ਨਾ ਬਣਨ। ਇਹਦੇ ਪਿੱਛੇ ਕਾਰਨ ਕੀ ਸੀ? ਕਿਉਂਕਿ ਗਾਂਧੀ ਨੂੰ ਪਤਾ ਸੀ ਜੇ ਇਹ ਸਾਰੇ ਸਿੱਖ ਬਣ ਗਏ ਤਾਂ ਇਹਨਾਂ ਨੇ ਵਰਨ ਆਸ਼ਰਮ ਵਾਲਾ ਸਿਧਾਂਤ ਛੱਡ ਦੇਣਾ, ਕਰਮ ਕਾਂਡ ਛੱਡ ਦੇਣੇ ਨੇ, ਵਹਿਮ ਭਰਮ ਛੱਡ ਦੇਣੇ ਨੇ, ਕਿਉਂਕਿ ਸਿੱਖ ਧਰਮ ਬ੍ਰਾਹਮਣਵਾਦ ਦਾ ਤਿਆਗ ਕਰਦਾ ਹੈ ਤੇ ਮਹਾਤਮਾ ਗਾਂਧੀ ਨੂੰ ਇਸ ਚੀਜ਼ ਦਾ ਬਹੁਤ ਵੱਡਾ ਡਰ ਸੀ, ਕਿਉਂਕਿ ਮਹਾਤਮਾ ਗਾਂਧੀ ਨੇ ਇਹ ਗੱਲ ਕਹੀ ਸੀ ਕਿ ਜੇਕਰ ਇੰਨੇ ਜ਼ਿਆਦਾ ਅਛੂਤ ਸਿੱਖ ਧਰਮ ਧਾਰਨ ਕਰ ਲੈਂਦੇ ਨੇ ਤੇ ਇਹ ਹਿੰਦੂਆਂ ਦੇ ਵਾਸਤੇ ਆਤਮ ਹੱਤਿਆ ਹੋਵੇਗੀ। ਤੇ ਯਾਦ ਰੱਖਿਓ, ਇਤਿਹਾਸ ਲਿਖਦਾ ਹੈ ਕਿ ਮਹਾਤਮਾ ਗਾਂਧੀ ਨੇ ਆਪਣੇ ਸਹਾਇਕ ਪੰਡਿਤ ਗੋਬਿੰਦ ਵੱਲਭ ਦੇ ਰਾਹੀਂ ਇਹ ਤਜਵੀਜ਼ ਰੱਖੀ ਸੀ ਕਿ ਅਛੂਤਾਂ ਨੂੰ ਧਮਕੀ ਤੱਕ ਦਿੱਤੀ ਸੀ ਕਿ ਕੋਈ ਵੀ ਹਰੀਜਨ ਅਜਿਹਾ ਨਹੀਂ ਹੋਵੇਗਾ, ਕੋਈ ਵੀ ਅਛੂਤ ਅਜਿਹਾ ਨਹੀਂ ਹੋਵੇਗਾ ਜਿਹੜਾ ਆਪਣਾ ਧਰਮ ਛੱਡ ਦੇਗਾ, ਤੇ ਜੇਕਰ ਅਛੂਤਾਂ ਨੇ ਆਪਣਾ ਧਰਮ ਛੱਡਿਆ ਤਾਂ ਉਹਨਾਂ ਨੂੰ ਜਿੰਨੇ ਅੱਜ ਤੱਕ ਫਾਇਦੇ ਪ੍ਰਾਪਤ ਹੁੰਦੇ ਨੇ, ਮਿਲਦੇ ਨੇ, ਜਿਹੜੇ ਹੱਕ ਨੇ ਉਹਨਾਂ ਦੇ, ਉਹ ਸਾਰੇ ਖਤਮ ਕਰ ਦਿੱਤੇ ਜਾਣਗੇ।
ਇਥੋਂ ਤੱਕ ਕਿ ਅੰਬੇਦਕਰ ਜੀ ਦੇ ਉੱਤੇ ਗਾਂਧੀ ਨੇ ਆਪਣੇ ਖਾਸ ਖਾਸ ਬੰਦਿਆਂ ਦੇ ਰਾਹੀਂ ਬਹੁਤ ਜ਼ਿਆਦਾ ਦਬਾਅ ਪੈਦਾ ਕੀਤਾ, ਦਬਾਅ ਬਣਾਇਆ ਔਰ ਇੱਕ ਅੰਦੋਲਨ ਖੜਾ ਕਰ ਦਿੱਤਾ, ਧਮਕੀ ਤੱਕ ਦਿੱਤੀ ਅਛੂਤਾਂ ਨੂੰ ਮਾਰਨ ਦੀ, ਮਕਾਉਣ ਦੀ, ਖਤਮ ਕਰਨ ਦੀ। ਗਾਂਧੀ ਨੇ ਆਪਣੇ ਕਰੋੜਪਤੀ ਸਹਾਇਕ ਸੇਠ ਵਾਲ ਚੰਦ, ਹੀਰਾ ਚੰਦ ਅਤੇ ਜਮੁਨਾ ਲਾਲ ਬਜਾਜ ਰਾਹੀਂ ਡਾਕਟਰ ਅੰਬੇਦਕਰ ਨੂੰ ਗਾਂਧੀ ਆਸ਼ਰਮ ਦੇ ਵਿੱਚ ਸ਼ਾਮਲ ਹੋਣ ਦੀ ਪ੍ਰੇਰਣਾ ਵੀ ਕੀਤੀ ਸੀ ਅਤੇ ਉਹਨਾਂ ਨੂੰ ਇਹ ਲਾਲਚ ਦਿੱਤਾ ਕਿ ਆਪ ਜੀ ਦੇ ਪਾਸ ਬਹੁਤ ਜ਼ਿਆਦਾ ਸਾਧਨ ਹੋਣਗੇ ਜਿਨ੍ਹਾਂ ਦੇ ਰਾਹੀਂ ਆਪ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਉੱਚਾ ਉੱਠ ਸਕੋਗੇ, ਪਰ ਤੁਸੀਂ ਆਪਣਾ ਧਰਮ ਨਾ ਛੱਡੋ, ਸਿੱਖ ਧਰਮ ਨਾ ਧਾਰਨ ਕਰੋ। ਡਾਕਟਰ ਅੰਬੇਦਕਰ ਨੇ ਸਪਸ਼ਟ ਰੂਪ ਦੇ ਵਿੱਚ ਦੱਸ ਦਿੱਤਾ ਕਿ ਮੇਰਾ ਗਾਂਧੀ ਨਾਲ ਬਹੁਤ ਸਾਰੇ ਬਹੁਤ ਜ਼ਿਆਦਾ ਮਹੱਤਵਪੂਰਨ ਵਿਸ਼ਿਆਂ ਬਾਰੇ ਮਤਭੇਦ ਹੈ, ਮੇਰੀ ਸੁਰ ਗਾਂਧੀ ਨਾਲ ਨਹੀਂ ਮਿਲਦੀ। ਜਦੋਂ ਇਹ ਗੱਲ ਹੋਈ ਤਾਂ ਉਸ ਤੋਂ ਬਾਅਦ ਮਹਾਤਮਾ ਗਾਂਧੀ ਡਾਕਟਰ ਅੰਬੇਦਕਰ ਜੀ ਦੇ ਹੋਰ ਜ਼ਿਆਦਾ ਵਿਰੋਧ ਵਿੱਚ ਭੁਗਤਣ ਲੱਗ ਪਿਆ। ਅਨੇਕਾਂ ਅਛੂਤਾਂ ਦੀ ਸਿੱਖ ਧਰਮ ਵਿੱਚ ਆਉਣ ਦੀ ਯੋਜਨਾ ਗੁਪਤ ਰੂਪ ਦੇ ਵਿੱਚ ਗਾਂਧੀ ਜੀ ਨੂੰ ਇਸ ਸ਼ਰਤ ਉੱਤੇ ਦੱਸੀ ਗਈ ਕਿ ਉਹ ਸਭ ਕੁਝ ਬਿਨਾਂ ਸਲਾਹ ਦੇ ਲੋਕਾਂ ਸਾਹਮਣੇ ਨਹੀਂ ਲਿਆਉਣਗੇ, ਪਰ ਗਾਂਧੀ ਚੁੱਪ ਨਾ ਰਹਿ ਸਕਿਆ। ਉਸਨੇ ਪ੍ਰੈਸ ਦੇ ਵਿੱਚ ਬਿਆਨ ਜਾਰੀ ਕੀਤਾ ਕਿ ਇਹ ਬਹੁਤ ਚੰਗਾ ਹੋਵੇਗਾ ਕਿ ਜੇਕਰ ਕਰੋੜਾਂ ਅਛੂਤ ਸਿੱਖ ਧਰਮ ਦੀ ਥਾਂ ਇਸਲਾਮ ਧਰਮ ਦੇ ਵਿੱਚ ਆ ਜਾਣ। ਯਾਦ ਰੱਖਿਓ, ਅੱਜ ਇੱਕ ਗੀਤ ਚੱਲ ਰਿਹਾ ਹੈ ਇੱਕ ਛੋਟੇ ਜਿਹੇ ਬੱਚੇ ਦਾ, ਅਮਰ ਖਾਲਸੇ ਦਾ, ਜਿਹਦੇ ਵਿੱਚ ਭਗਤ ਸਿੰਘ ਨੇ ਗਾਂਧੀ ਨੂੰ ਸਵਾਲ ਕੀਤੇ ਨੇ, ਗਾਂਧੀ ਦੇ ਕੋਲੋਂ ਕੁਛ ਗੱਲਾਂ ਪੁੱਛੀਆਂ ਨੇ। ਉਹ ਸੱਚ ਹੈ ਕਿ ਜਿਸ ਨੂੰ ਇਹ ਲੋਕ ਮਹਾਤਮਾ ਕਹਿੰਦੇ ਨੇ, ਉਸਨੇ ਦੇਸ਼ ਨਾਲ ਵਿਸਾਹਘਾਤ ਕੀਤਾ, ਉਸਨੇ ਲੋਕਾਂ ਨਾਲ ਵਿਸਾਹਘਾਤ ਕੀਤਾ ਤੇ ਖਾਸ ਤੌਰ ਤੇ ਉਹਨੇ ਸਿੱਖਾਂ ਦੇ ਨਾਲ ਦੁਸ਼ਮਣੀ ਲਈ, ਦੁਸ਼ਮਣ ਸੀ ਉਹ ਸਿੱਖਾਂ ਦਾ ਔਰ ਸਿੱਖ ਧਰਮ ਨਾਲ ਬਹੁਤ ਵੱਡਾ ਧੱਕਾ ਮਹਾਤਮਾ ਗਾਂਧੀ ਨੇ ਕੀਤਾ। ਇਹਨੂੰ ਲੋਕ ਭਾਵੇਂ ਲੱਖ ਵਾਰੀ ਮਹਾਤਮਾ ਕਹਿਣ, ਪਰ ਅਸੀਂ ਕੇਵਲ ਇਸ ਨੂੰ ਗਾਂਧੀ ਕਹਾਂਗੇ। ਮਹਾਤਮਾ ਦਾ ਦਰਜਾ ਇਸ ਸ਼ਖਸ ਨੂੰ ਨਹੀਂ ਦਿੱਤਾ ਜਾ ਸਕਦਾ ਜਿਹੜਾ ਪੂਰੀ ਜ਼ਿੰਦਗੀ ਵੈਰ ਵਿਰੋਧ ਪੈਦਾ ਕਰਦਾ ਰਿਹਾ, ਵਿਤਕਰੇ ਪੈਦਾ ਕਰਦਾ ਰਿਹਾ ਤੇ ਜਾਤ ਪਾਤ ਦੇ ਆਧਾਰ ਤੇ ਫੈਸਲੇ ਕਰਦਾ ਰਿਹਾ। ਆਸ ਕਰਦਾ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ। ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।